ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਕੀ ਸੋਭਾ ਚੈਨਲ 'ਤੇ ਤੁਹਾਡਾ ਸਵਾਗਤ ਹੈ। ਮਹਾਨ ਸੂਫੀ ਸੰਤ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ 85 ਸਾਲ ਦੇ ਲੰਬੇਰੇ ਜੀਵਨ ਦੇ ਵਿੱਚੋਂ ਸਾਨੂੰ ਇੰਨਾ ਹੀ ਪਤਾ ਕਿ ਉਹਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ। ਬਾਕੀ ਦੇ ਜੀਵਨ ਇਤਿਹਾਸ ਦੇ ਬਾਰੇ ਬਹੁਤਿਆਂ ਨੂੰ ਪਤਾ ਨਹੀਂ। ਅੱਜ ਦੀ ਇਹ ਵੀਡੀਓ ਦੇ ਵਿੱਚ ਸਾਈਂ ਜੀ ਦੇ ਪੂਰੇ ਜੀਵਨ ਦੇ ਬਾਰੇ ਜਾਣਕਾਰੀ ਹੈ। ਸਾਰੀ ਵੀਡੀਓ ਬੜੇ ਧਿਆਨ ਦੇ ਨਾਲ ਸੁਣਿਓ। ਸਾਈਂ ਮੀਆਂ ਮੀਰ ਜੀ ਦਾ ਜਨਮ ਕਾਜੀ ਸਾਈਂ ਦਿੱਤਾ ਜੀ ਦੇ ਘਰ 1550 ਈਸਵੀ ਨੂੰ ਸੀਸਤਾਨ ਸ਼ਹਿਰ ਦੇ ਵਿੱਚ ਹੋਇਆ। ਇਹ ਜਗ੍ਹਾ ਅਜੋਕੇ ਦਿਨਾਂ ਦੇ ਵਿੱਚ ਈਰਾਨ ਅਫਗਾਨਿਸਤਾਨ ਦੇ ਵਿੱਚ ਰਹਿ ਜਾਂਦੀ। ਕੁਝ ਕੁ ਇਤਿਹਾਸਕਾਰਾਂ ਨੇ ਸਾਈਂ ਜੀ ਦਾ ਜਨਮ 1535 ਦੇ ਵਿੱਚ ਵੀ ਮੰਨਿਆ ਹੈ, ਪਰ ਬਹੁਤਾਤ ਨੇ 1550 ਨੂੰ ਹੀ ਸਹੀ ਮੰਨਿਆ। ਸਾਈਂ ਜੀ ਦਾ ਅਸਲੀ ਨਾਮ ਸੀ ਸ਼ੇਖ ਮੁਹੰਮਦ। ਆਮ ਕਰਕੇ ਲੋਕ ਸਾਈਂ ਜੀ ਨੂੰ ਹਜ਼ਰਤ ਮੀਆਂ ਮੀਰ, ਸਾਈਂ ਮੀਆਂ ਮੀਰ ਜਾਂ ਸ਼ਾਹ ਮੀਰ ਕਰਕੇ ਵੀ ਜਾਣਦੇ ਸੀ। ਹਜ਼ਰਤ ਅਤੇ ਸ਼ੇਖ ਇਸਲਾਮ ਦੇ ਵਿੱਚ ਬੜੇ ਸਤਿਕਾਰਯੋਗ ਲਕਬ ਆ, ਅਤੇ ਇਹਨਾਂ ਦੇ ਵਾਂਗ ਹੀ ਮੀਰ ਸ਼ਬਦ ਵੀ ਅਤਿ ਸਤਿਕਾਰਯੋਗ ਆ, ਅਤੇ ਇਹ ਕੁਝ ਖਾਸ ਅਤੇ ਗਿਣੀਆਂ ਚੁਣੀਆਂ ਸ਼ਖਸੀਅਤਾਂ ਦੇ ਲਈ ਹੀ ਵਰਤਿਆ ਜਾਂਦਾ। ਸੋ ਨਾਮ ਤੋਂ ਹੀ ਪਤਾ ਲੱਗਦਾ ਕਿ ਸਾਈਂ ਜੀ ਬੜੀ ਮਹਾਨ ਹਸਤੀ ਸੀ। ਸਾਈਂ ਜੀ ਦਾ ਪਿਛੋਕੜ ਹਜ਼ਰਤ ਉਮਰ ਦੇ ਨਾਲ ਜਾ ਜੁੜਦਾ। ਸਾਈਂ ਜੀ ਦੇ ਦਾਦਾ ਜੀ ਦਾ ਨਾਮ ਸੀ ਕਾਜੀ ਕਲੰਦਰ ਫਾਰੂਕੀ। ਸਾਈਂ ਜੀ ਹੁਣੀ 6 ਭੈਣ ਭਰਾ ਸੀ, 2 ਭੈਣਾਂ ਜਮਾਲ ਅਤੇ ਜਲਾਲ। 3 ਉਹਨਾਂ ਦੇ ਭਰਾ ਸੀ, ਕਾਜੀ ਬੋਲਨ, ਕਾਜੀ ਉਸਮਾਨ ਅਤੇ ਕਾਜੀ ਤਾਹਰ ਜੀ। ਸਾਈਂ ਜੀ ਸਾਰੇ ਭੈਣ ਭਰਾਵਾਂ ਦੇ ਨਾਲੋਂ ਸਭ ਤੋਂ ਛੋਟੇ ਸੀ ਉਮਰ ਦੇ ਵਿੱਚ। ਅਜੇ ਸਾਈਂ ਜੀ ਦੀ ਉਮਰ 7 ਕੁ ਸਾਲ ਦੀ ਹੋਈ ਜਦੋਂ ਉਹਨਾਂ ਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਸਾਰੀ ਪਾਲਣਾ ਪੋਸ਼ਣਾ ਉਹਨਾਂ ਦੀ ਮਾਤਾ ਜੀ ਨੇ ਕੀਤੀ, ਜੋ ਖੁਦ ਬੜੀ ਲਾਇਕ, ਰੂਹਾਨੀ ਅਤੇ ਪੜ੍ਹੀ ਲਿਖੀ ਸਿਆਣੀ ਔਰਤ ਸੀ। ਸਾਈਂ ਜੀ ਨੇ ਮੁੱਢਲੀ ਵਿੱਦਿਆ ਆਪਣੀ ਮਾਤਾ ਤੋਂ ਹੀ ਪ੍ਰਾਪਤ ਕੀਤੀ, ਅਤੇ ਬਾਬਾ ਫਰੀਦ ਜੀ ਦੇ ਵਾਂਗ ਬੰਦਗੀ ਦੇ ਰਾਹ ਵੀ ਮਾਂ ਨੇ ਹੀ ਤੋਰਿਆ ਸੀ। ਮਾਂ ਤੋਂ ਬਾਅਦ ਪੜ੍ਹਾਈ ਅਤੇ ਰੂਹਾਨੀ ਤਰੱਕੀ ਦੇ ਲਈ ਸਾਈਂ ਜੀ ਨੇ ਖਵਾਜਾ ਖਿਜਰ ਦਾ ਦਰ ਜਾ ਮੱਲਿਆ। ਖਵਾਜਾ ਜੀ ਬੜੇ ਕਾਮਲ ਪੁਰਸ਼ ਸੀ। ਉਹਨਾਂ ਦੀ ਸੁਹਬਤ ਦੇ ਵਿੱਚ ਰਹਿੰਦਿਆਂ ਸਾਈਂ ਜੀ ਸੱਚਮੁੱਚ ਸਾਈਂ ਬਣ ਗਏ। ਫਿਰ ਮੁਰਸ਼ਦ ਦੇ ਹੁਕਮ ਦੇ ਨਾਲ ਹੀ ਮੌਲਾਨਾ ਸੈਯਦ ਅਤੇ ਮੌਲਾਨਾ ਨਿਆਮਤ ਅੱਲਾਹ ਦੇ ਕੋਲ ਲਾਹੌਰ ਆ ਗਏ, ਅਤੇ ਇੱਥੇ ਹੀ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਉਹਨਾਂ ਨੇ ਗੁਜ਼ਾਰਿਆ। ਮਾਂ ਦੀ ਅਸੀਸ ਦੇ ਨਾਲ ਬੰਦਗੀ ਦਾ ਸ਼ੌਂਕ ਤਾਂ ਬਚਪਨ ਤੋਂ ਹੀ ਪੈ ਗਿਆ ਸੀ। ਸੋ ਪੜ੍ਹਾਈ ਦੇ ਦਿਨਾਂ ਦੇ ਵਿੱਚ ਵੀ ਪੜ੍ਹਨ ਤੋਂ ਬਾਅਦ ਅਕਸਰ ਕਿਸੇ ਬਾਗ ਜਾਂ ਜੰਗਲ ਦੇ ਵੱਲ ਇਕਾਂਤ ਦੇ ਵਿੱਚ ਚਲੇ ਜਾਂਦੇ, ਅਤੇ ਮਾਲਕ ਦੀ ਯਾਦ ਦੇ ਵਿੱਚ ਜੁੜ ਜਾਣਾ ਉਹਨਾਂ ਦੇ ਸੁਭਾਅ ਦੇ ਵਿੱਚ ਹੀ ਪੈ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਗਤ ਦਾ ਇੱਕ ਇਹ ਵੀ ਲੱਛਣ ਦੱਸਿਆ ਹੈ ਕਿ ਭਗਤ ਖਾਣ ਪੀਣ ਅਤੇ ਬੋਲਣ ਦੇ ਵੱਲ ਬੜਾ ਸੰਕੋਚ ਰੱਖਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਐਸੇ ਪੁਰਖ ਤੋਂ ਬਲਿਹਾਰ ਕੁਰਬਾਨ ਜਾਂਦੇ ਆ ਜੋ ਖਾਣ ਪੀਣ ਅਤੇ ਸੌਣ ਦੇ ਵਿੱਚ ਸੰਜਮ ਵਰਤੇ। ਇਹ ਰੱਬੀ ਗੁਣ ਸਾਈਂ ਜੀ ਦੇ ਵਿੱਚ ਕੁਦਰਤੀ ਸ਼ੁਰੂ ਤੋਂ ਹੀ ਸੀ। ਪਹਿਲੇ ਦਿਨੋਂ ਹੀ ਸਾਈਂ ਜੀ ਬੜੇ ਸੰਜਮੀ ਸੁਭਾਅ ਦੇ ਮਾਲਕ ਸੀ। ਖਾਣਾ ਪੀਣਾ ਉਹਨਾਂ ਦਾ ਬੜਾ ਸਾਦਾ ਜਿਹਾ ਹੁੰਦਾ ਸੀ, ਅਤੇ ਉਹ ਵੀ ਬਿਲਕੁਲ ਲੋੜ ਦੇ ਅਨੁਸਾਰ, ਜਿੰਨੇ ਕੁ ਦੇ ਨਾਲ ਸਰੀਰ ਤੁਰਿਆ ਫਿਰੇ। ਖਾਂਦੇ ਵੀ ਸਾਈਂ ਜੀ ਮਿੱਟੀ ਦੇ ਭਾਂਡਿਆਂ ਦੇ ਵਿੱਚ, ਅਤੇ ਲਿਬਾਸ ਵੀ ਉਹਨਾਂ ਦਾ ਬਿਲਕੁਲ ਸਾਦਾ ਜਿਹਾ। ਸਿਰ 'ਤੇ ਸਿੱਧੀ ਜਿਹੀ ਦਸਤਾਰ ਅਤੇ ਗਲ ਦੇ ਵਿੱਚ ਖੱਦਰ ਦਾ ਕੁੜਤਾ ਪਾਇਆ ਹੁੰਦਾ ਸੀ। ਕੱਪੜੇ ਸਾਈਂ ਜੀ ਆਪ ਧੋਂਦੇ, ਸਫਾਈ ਬੜੀ ਪਸੰਦ ਸੀ ਉਹਨਾਂ ਨੂੰ। ਕੱਪੜੇ ਭਾਵੇਂ ਬਿਲਕੁਲ ਸਾਦੇ ਪਾਉਂਦੇ ਸੀ, ਪਰ ਮੈਲਾ ਕੱਪੜਾ ਨਹੀਂ ਸੀ ਪਾਉਂਦੇ। ਕਦੇ ਕਿਸੇ ਨੇ ਉਹਨਾਂ ਦੇ ਗਲ ਗੰਦਾ ਕੱਪੜਾ ਨਹੀਂ ਵੇਖਿਆ। ਬੜੇ ਬੜੇ ਰਾਜੇ, ਮਹਾਰਾਜੇ, ਬਾਦਸ਼ਾਹ ਆਪ ਜੀ ਦੀ ਕਦਮ ਬੋਸੀ ਕਰਨੇ ਆਪਣੀ ਖੁਸ਼ ਨਸੀਬੀ ਸਮਝਦੇ ਸੀ। ਸਾਈਂ ਜੀ ਕੋਈ ਕਿਸੇ ਤਰ੍ਹਾਂ ਦੀ ਸਾਜ ਸਜਾਵਟ ਨੂੰ ਪਸੰਦ ਨਹੀਂ ਸੀ ਕਰਦੇ। ਉਹਨਾਂ ਦੇ ਨਿੱਜੀ ਕਮਰੇ ਦੇ ਵਿੱਚ ਬੋਰੀਆਂ ਵਿਛੀਆਂ ਹੁੰਦੀਆਂ ਸੀ, ਅਤੇ ਆਪਣਾ ਆਸਣ ਵੀ ਉਹ ਜ਼ਮੀਨ 'ਤੇ ਲਾ ਕੇ ਰੱਖਦੇ ਸੀ। ਭਾਵੇਂ ਕੋਈ ਗਰੀਬ ਅਮੀਰ ਆਵੇ, ਚਾਹੇ ਬਾਦਸ਼ਾਹ ਜਹਾਂਗੀਰ ਆਉਂਦਾ ਸੀ, ਬਾਅਦ ਦੇ ਵਿੱਚ ਬਾਦਸ਼ਾਹ ਸ਼ਾਹਜਹਾਂ ਆਉਂਦਾ ਰਿਹਾ, ਇੱਦਾਂ ਹੀ ਸ਼ਹਿਜ਼ਾਦਾ
दारा शिकोह आवे जां बेगम नूर जहां वर्गियां आउण, कोई भी दीदार करन दे लई आवे, इन्हां विछियां हुईयां बोरियां दे उपर ही बैठना पैंदा सी। किसी दे वास्ते भी कोई खास तरह की विछाई नहीं सी कीती जांदी। साई जी ने निजी लोड़ां दे लई कदे किसी दे अगे हाथ नहीं अड्डिया, किसी तो कदे कोई तोहफा मंग के नहीं लिया, तो जिन्हें दिता भी वह भी मोड़ देंदे सी। जहांगीर बादशाह लिखदा कि एक बार मैं उन्होंने बड़े कीमती तोहफे भेट किए पर उन्होंने परवाह नहीं की, सारे वापस मोड़ दिते। एक बार बड़ा कीमती मुसला जिहड़ा नमाज पढ़न दे लई वरत्या जांदा, जहांगीर कहिंदा मैं वह भेटा किया पर उन्होंने वह भी मोड़ दिता। बादशाह शाहजहान ने एक बार खजूर दी बनी बड़ी कीमती माला भेट की, तां साईं जी ने अपने नेड़े खड़े किसी आम जे बंदे नूं फड़ा दित्ती। ये वेख के शाहजहान का मूँह उतर गया पर कह कुछ ना सकिया। साईं जी नूं एकांत बड़ा पसंद सी, भीड़ भड़के तो जिथों तक हो सके वह दूरी बना के रखते हाँ, नमाज सारियां दे नाल मिल के कट्ठे पढ़ते सी। वैसे अक्सर अपने कमरे की कुंडी ला के रखनी ते अंदर बैठ के खुदा दी बंदगी दे विच जुड़े रहना। जेकर किसी ने कदे आके कुंडी खड़कानी ते ज़्यादा खड़काउण ते खोल के कहना सजना तेनों वे कम हो ते मैनों वे कम है, ना तेनू वेल है ते ना मैनू, तुसी अपना कम करो ते मैनू अपना करन दिओ। इन्ना कह के फिर कुंडी ला लैनी ते बंदगी दे विच जुड़ जाना। जेकर किधरे किसी ने कोई ज़्यादा तरले लैने मिन्नतां तरले करने ते उहदे वार वार कहण ते इन्ना ही कहना तुसी लोग बिना बीज बीजे तो फल ते फुल भालदे हो, ये नहीं हो सकता। जे भला चाहते हो ते नेक कर्म करो, भुखे नू रोटी दिओ, नंगे नू कपड़ा दिओ, लोड़वंद दी मदद करो, तुसी दूजियां दा भला करो, खुदा तुहाडा भला करेगा। जे किसी नू कुछ देवोगे तां ही कुछ मिलेगा, ते ये भी ध्यान रखो जो देवोगे उही मिलेगा चाहे चंगा जां माड़ा। साईं जी दे ए बोल असल दे विच वेख्या जावे ते धन गुरु नानक देव महाराज जी की सिक्ख्या ही है, जिसका जिक्र धन गुरु नानक देव महाराज जी ने अपनी बाणी दे विच वार वार कीता ते जन्म साखी दे विच भी वार वार इसका जिक्र मिलता। सिद्धां नूं भी गुरु बाबे ने यही कहा सी कि बिना दित्तिआं कुछ हथ नहीं आउंदा। साईं जी का एक बड़ा खास मुरीद होया शेख अब्दुल वाहिद, वो अपनी एक किताब दे विच लिखदा कि एक दिन लाहौर दे एक बाग दे विच साईं जी बैठे बंदगी दे विच लीन सी ते मैं भी उन्हां दे कोल ही बैठा सी। रुख दे उपर एक घुग्गी आ के बैठी ते उन्हें बोलना शुरू कर दिता। घुग्गी दी आवाज़ सुन के साईं जी ने मैनू कहा अब्दुल्ला वेखो घुग्गी किन्ने प्यार दे नाल भिजी हुई खालक नूं पुकार रही है, ध्यान दे नाल सुनो। साईं जी घुग्गी की आवाज़ सुन सुन के मस्त हो रहे सी। उन्हां नूं घुग्गी की आवाज़ दे विच्चों ही कोई रब्बी रस मिलदा सी। इन्ने नूं दूरों किसी कमबख्त ने आ के गुलेल दे नाल निशाना लाया ते निशाना इन्ने जोर दे नाल लगा कि घुग्गी की मौत हो गई ते वह थले जमीन ते आ डिगी। जदों शिकारी चले गया ते साईं जी ने मैनू कहा अब्दुल्ला इस घुग्गी नूं चुक के साडे कोल लै के आओ। उन्हां दा मन बड़ा भरिया होया सी। अब्दुल्ला कहिंदा मैं घुग्गी नूं हत्थां ते चुकिया ते साईं जी दे कोल लै गया। जदों उन्हां ने अपने हत्थां दे विच लै के अखां बंद करके खुदा नूं याद कीता ते घुग्गी हरकत दे विच आ गई ते उन्हूं छड़ दिता। घुग्गी उड के फिर रुख ते बैठ गई ते पहलां दी तरह पुकारन लग पई, बोलन लग पई। ये वेख के साईं जी बड़े खुश होए। महान कोश ने भी साईं जी नूं करनी वाला फकीर लिखिया है। साईं जी कुछ समा सरहंद भी आ के रहे पर इत्थों दे तंग दिल लोकां दे विच उन्हां दा दम घुटदा सी, जिस करके छेती ही लाहौर वापस चले गए ते खान मुहल्ले दे विच अपना टिकाणा बना लिया ते तकरीबन अखीर तक इत्थे ही रहे। लाहौर ही रहिंदिया होया पंजवें पातशाह धन गुरु अर्जन देव महाराज जी दा साईं जी दे नाल मेल होया। जदों बाबा संहारी मल दे पुत्तर दा विआह सी तां धन गुरु रामदास महाराज जी ने
ਵੱਡੇ ਦੋਵਾਂ ਪੁੱਤਰਾਂ ਦੇ ਬਾਬਾ ਪ੍ਰਿਥੀ ਚੰਦ ਅਤੇ ਬਾਬਾ ਮਹਾਂਦੇਵ ਦੇ ਮਨ੍ਹਾ ਕਰਨ 'ਤੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਭੇਜਿਆ ਅਤੇ ਨਾਲ ਇਹ ਵੀ ਕਿਹਾ ਜਦੋਂ ਤੱਕ ਅਸੀਂ ਸੱਦੀਏ ਨਾ ਤੁਸੀਂ ਵਾਪਸ ਨਹੀਂ ਆਉਣਾ। ਜਿਸ ਕਰਕੇ ਪੰਜਵੇਂ ਪਾਤਸ਼ਾਹ ਨੂੰ ਲੰਬਾ ਸਮਾਂ ਲਾਹੌਰ ਦੇ ਵਿੱਚ ਹੀ ਰਹਿਣਾ ਪਿਆ। ਇੱਥੇ ਰਹਿੰਦਿਆਂ ਹੋਇਆਂ ਹੀ ਸਾਈਂ ਜੀ ਦੇ ਨਾਲ ਪੰਜਵੇਂ ਪਾਤਸ਼ਾਹ ਦੀ ਮੁਲਾਕਾਤ ਹੋਈ ਅਤੇ ਫਿਰ ਕਈ ਵਾਰ ਆਪਸ ਦੇ ਵਿੱਚ ਦਰਸ਼ਨ ਹੁੰਦੇ ਰਹੇ, ਬਚਨ ਬਿਲਾਸ ਹੁੰਦੇ ਰਹੇ। ਗੁਰੂ ਘਰ ਦੀ ਮਹਿਮਾ ਤਾਂ ਸਾਈਂ ਜੀ ਨੇ ਪਹਿਲਾਂ ਵੀ ਕਈ ਵਾਰ ਸੁਣੀ ਸੀ, ਪਰ ਹੁਣ ਸਭ ਕੁਝ ਅੱਖਾਂ ਦੇ ਸਾਹਮਣੇ ਵੇਖ ਕੇ ਬੜੇ ਖੁਸ਼ ਹੋਏ। ਇਸ ਵੇਲੇ ਪੰਜਵੇਂ ਪਾਤਸ਼ਾਹ ਅਜੇ ਗੁਰਤਾ ਗੱਦੀ 'ਤੇ ਬਿਰਾਜਮਾਨ ਨਹੀਂ ਸੀ ਹੋਏ, ਗੁਰਤਾ ਗੱਦੀ ਚੌਥੇ ਪਾਤਸ਼ਾਹ ਦੇ ਕੋਲ ਸੀ। ਪਰ ਜਦੋਂ ਪੰਜਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਤਾਂ ਵੀ ਇਹ ਪਿਆਰ ਵੱਧਦਾ ਹੀ ਗਿਆ, ਇਹਦੇ ਵਿੱਚ ਕੋਈ ਫਰਕ ਨਹੀਂ ਪਿਆ। ਸਾਈਂ ਜੀ ਚਾਹੇ ਮੁਸਲਮਾਨ ਸੀ ਪਰ ਗੁਰਬਾਣੀ ਦਾ ਕੀਰਤਨ ਸੁਣਨ ਦੇ ਬੜੇ ਸ਼ੌਕੀਨ ਸੀ। ਕਈ ਕਈ ਘੰਟੇ ਲਗਾਤਾਰ ਗੁਰਬਾਣੀ ਦਾ ਕੀਰਤਨ ਸੁਣਦੇ ਰਹਿੰਦੇ। ਗੁਰੂ ਘਰ ਦੇ ਨਾਲ ਬੜੀ ਸ਼ਰਧਾ ਸੀ ਉਹਨਾਂ ਦੀ। ਇਹ ਗੱਲ ਆਮ ਤੌਰ 'ਤੇ ਪ੍ਰਸਿੱਧ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਨੇ ਰੱਖਿਆ ਸੀ। 1588 ਨੂੰ ਜਦੋਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਣਾਉਣ ਦਾ ਫੈਸਲਾ ਕੀਤਾ ਤਾਂ ਸਾਈਂ ਜੀ ਨੂੰ ਉਚੇਚੇ ਤੌਰ 'ਤੇ ਲਾਹੌਰ ਤੋਂ ਸੁਨੇਹਾ ਭੇਜ ਕੇ ਬੁਲਵਾਇਆ ਅਤੇ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਲਿਆਂਦਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਅਤੇ ਸਾਈਂ ਮੀਆਂ ਮੀਰ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਦੇ ਨਾਲ ਨੀਂਹ ਪੱਥਰ ਰੱਖਿਆ, ਇੱਟ ਰੱਖੀ। ਇੱਕ ਉਰਦੂ ਦਾ ਸ਼ਾਇਰ ਲਿਖਦਾ ਹੈ, ਹਰਿਮੰਦਰ ਕੀ ਬੁਨਿਆਦ ਕੀ ਈਂਟ ਦੇ ਰਹੀ ਹੈ ਗਵਾਹੀ ਕਿ ਕਭੀ ਅਹਿਲੇ ਮਜਾਹਬ ਮੇਂ ਦੋਸਤੀ ਮੁਸਕਰਾਤੀ ਥੀ। ਹਾਂ, ਇਹ ਵੀ ਗੱਲ ਸੱਚ ਹੈ ਕਿ ਇਸ ਗੱਲ ਦੇ ਨਾਲ ਕੁਝ ਇਤਿਹਾਸਕਾਰ ਸਹਿਮਤ ਨਹੀਂ। ਉਹ ਲਿਖਦੇ ਨੇ ਕਿ ਪੰਜਵੇਂ ਪਾਤਸ਼ਾਹ ਨੇ ਸਾਈਂ ਮੀਆਂ ਮੀਰ ਜੀ ਦੇ ਕੋਲੋਂ ਨੀਂਹ ਪੱਥਰ ਨਹੀਂ ਰਖਵਾਇਆ, ਬਲਕਿ ਉਹਨਾਂ ਨੇ ਖੁਦ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖੀ। ਖੈਰ, ਇਹ ਵੱਖਰੀ ਗੱਲ। ਸਾਈਂ ਜੀ ਦਾ ਗੁਰਬਾਣੀ ਦੇ ਨਾਲ ਇੰਨਾ ਪਿਆਰ ਸੀ ਕਿ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਉਹਨਾਂ ਨੂੰ ਜ਼ਬਾਨੀ ਯਾਦ ਸੀ, ਇੱਥੋਂ ਤੱਕ ਕਿ ਸਾਰਾ ਸੁਖਮਨੀ ਸਾਹਿਬ ਉਹਨਾਂ ਨੂੰ ਜ਼ਬਾਨੀ ਯਾਦ ਸੀ। ਸੁਖਮਨੀ ਸਾਹਿਬ ਦੇ ਤੇ ਸਾਈਂ ਜੀ ਹੋਣੀ ਪੂਰੇ ਆਸ਼ਿਕ ਸੀ। ਉਹ ਹਰ ਰੋਜ਼ ਨੇਮ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ। ਬਾਦਸ਼ਾਹ ਅਕਬਰ ਤੋਂ ਬਾਅਦ ਜਹਾਂਗੀਰ ਹਿੰਦ ਦਾ ਬਾਦਸ਼ਾਹ ਬਣਿਆ। ਇਹ ਬੜਾ ਤੰਗ ਦਿਲ ਅਤੇ ਜ਼ਾਲਮ ਸੁਭਾਅ ਦਾ ਬੰਦਾ ਸੀ। ਇਹਨੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ। ਜਦੋਂ ਸਾਈਂ ਜੀ ਨੂੰ ਪਤਾ ਲੱਗਾ ਕਿ ਜਹਾਂਗੀਰ ਦੇ ਹੁਕਮ ਦੇ ਨਾਲ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੰਦੂ ਦੀ ਹਵੇਲੀ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਤਸੀਹੇ ਦਿੱਤੇ ਜਾ ਰਿਹਾ ਤਾਂ ਸੁਣ ਕੇ ਸਾਈਂ ਜੀ ਵਿਆਕੁਲ ਹੋ ਉੱਠੇ ਅਤੇ ਉਸੇ ਵੇਲੇ ਸਾਰਾ ਕੁਝ ਕੰਮ ਕਾਰ ਛੱਡ ਕੇ ਹਵੇਲੀ ਵੱਲ ਨੂੰ ਪਹੁੰਚੇ। ਜਾਂਦਿਆਂ ਨੂੰ ਪਾਪੀਆਂ ਨੇ ਸੱਚੇ ਪਾਤਸ਼ਾਹ ਨੂੰ ਤੱਤੀ ਤਵੀ 'ਤੇ ਬਿਠਾਇਆ ਅਤੇ ਸਿਰ ਗਰਮ ਰੇਤਾ ਪਾ ਰਹੇ ਸੀ। ਏਡੇ ਅਸਹਿ ਕਸ਼ਟ ਨੂੰ ਝੱਲਦਿਆਂ ਵੇਖ ਸਾਈਂ ਜੀ ਦੀ ਧਾਰ ਨਿਕਲ ਗਈ। ਮਹਾਨ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਆ, ਉਸ ਵੇਲੇ ਸਾਈਂ ਜੀ ਨੇ ਵੇਖਿਆ, ਚਾਰੋਂ ਤਰਫੋਂ ਅੱਗ ਵਰਸੇ ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਅਤੇ ਚੀਕ ਤਾਂ ਹੀ ਮਾਰਦਾ। ਪਰ ਪੀਰ ਜੀ ਨੂੰ ਵਿਆਕੁਲ ਹੋਇਆ ਵੇਖ ਕੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਸਾਈਂ ਜੀ ਵਿਆਕੁਲ ਨਾ ਹੋਵੋ, ਤੁਸੀਂ ਤਾਂ ਅੰਦਰ ਦੀ ਅੱਖ ਰੱਖਦੇ ਹੋ, ਤੁਹਾਡੇ ਕੋਲ ਤਾਂ ਅੰਦਰ ਦੀਆਂ ਅੱਖਾਂ ਨੇ, ਸਾਡੇ ਸਰੀਰ ਨੂੰ ਨਾ ਵੇਖੋ, ਸਾਡੇ ਹਿਰਦੇ ਨੂੰ ਵੇਖੋ। ਉਹ ਇਸ ਵੇਲੇ ਤੱਤੀ ਤਵੀ 'ਤੇ ਬੈਠਾ ਸਿਰ ਰੇਤਾ ਪਵਾ ਕੇ ਵੀ ਕਿੰਨਾ ਸ਼ਾਂਤ ਹੈ। ਇਹ ਵਾਹਿਗੁਰੂ ਦੇ ਨਾਮ ਦੀ ਮਿਹਰ ਹੈ, ਇਹ ਨਾਮ ਦੀ ਬਰਕਤ ਹੈ। ਸਤਿਗੁਰ ਮਹਾਰਾਜ ਜੀ ਨੇ ਬਚਨ ਕਹੇ, ਸਤਿਗੁਰ ਕਿਹਾ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਸਾਈਂ ਜੀ ਨੇ ਕਿਹਾ, ਸੱਚੇ ਪਾਤਸ਼ਾਹ ਤੁਸੀਂ ਸਭ ਕੁਝ ਕਰਨ ਕਾਰਨ ਸਮਰੱਥ ਹੋ, ਫਿਰ ਵੀ ਇੰਨਾ ਕਸ਼ਟ ਕਿਉਂ? ਤੁਸੀਂ ਮੈਨੂੰ ਹੁਕਮ ਕਰੋ ਮਹਾਰਾਜ, ਮੈਂ ਦਿੱਲੀ ਅਤੇ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂ, ਇਹਨਾਂ ਪਾਪੀਆਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਦਿਆਂ। ਪਰ ਪਾਤਸ਼ਾਹ ਨੇ ਕਿਹਾ, ਨਹੀਂ ਸਾਈਂ ਜੀ,
ਇਹ ਸਭ ਕੁਝ ਉਸ ਸੱਚੇ ਮਾਲਕ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ ਅਤੇ ਉਸ ਦਾ ਕੀਤਾ ਸਾਨੂੰ ਮਿੱਠਾ ਲੱਗਦਾ ਹੈ। ਗੁਰੂ ਮਹਾਰਾਜ ਜੀ ਦੇ ਬਚਨ ਨੇ ਤੇਰਾ ਕੀਆ ਮਿੱਠਾ ਲੱਗੇ। ਇਸ ਵਾਰਤਾਲਾਪ ਦੇ ਬਾਰੇ ਬੜਾ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ। ਅਖੀਰ ਸਾਈਂ ਜੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਚੰਦੂ ਦੀ ਹਵੇਲੀ ਦੇ ਵਿੱਚੋਂ ਵਾਪਸ ਆ ਗਏ। ਪਰ ਗੁਰਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਾਈਂ ਜੀ ਬੜੇ ਉਦਾਸ ਹੋ ਗਏ। ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵੀ ਸਾਈਂ ਜੀ ਦਾ ਬੜਾ ਪਿਆਰ ਰਿਹਾ। ਲਿਖਿਆ ਮਿਲਦਾ ਹੈ ਕਿ ਇੱਕ ਵਾਰ ਮੀਰੀ ਪੀਰੀ ਦੇ ਮਾਲਕ ਲਾਹੌਰ ਗਏ ਸਾਈਂ ਜੀ ਨੂੰ ਮਿਲੇ। ਜਦ ਆਪ ਜੀ ਨੂੰ ਪਤਾ ਲੱਗਾ ਕਿ ਸਤਿਗੁਰੂ ਆਏ ਆ ਤਾਂ ਸਾਈਂ ਜੀ ਭੱਜ ਕੇ ਅੱਗੇ ਹੋਏ। ਪਾਤਸ਼ਾਹ ਅਜੇ ਘੋੜੇ ਤੋਂ ਉਤਰਨ ਹੀ ਲੱਗੇ ਸੀ ਕਿ ਸਾਈਂ ਜੀ ਨੇ ਅੱਗੇ ਹੋ ਕੇ ਦੋਵੇਂ ਹੱਥ ਥੱਲੇ ਕਰਕੇ ਕਿਹਾ, ਮਹਾਰਾਜ ਇੱਥੇ ਚਰਨ ਰੱਖੋ ਅਤੇ ਫਿਰ ਉਤਰੋ। ਪਾਤਸ਼ਾਹ ਨੇ ਬੜਾ ਰੋਕਿਆ ਕਿ ਨਹੀਂ, ਇੱਥੇ ਨਹੀਂ, ਤੁਸੀਂ ਵੱਡੇ ਹੋ। ਪਰ ਸਾਈਂ ਜੀ ਦਾ ਪਿਆਰ ਅਤੇ ਨਿਮਰਤਾ ਵੇਖ ਕੇ ਸੱਚੇ ਪਾਤਸ਼ਾਹ ਨੇ ਇੱਦਾਂ ਹੀ ਕੀਤਾ। ਅੰਮ੍ਰਿਤਸਰ ਸਾਹਿਬ ਦੇ ਪੰਜਾਂ ਸਰੋਵਰਾਂ ਦੇ ਵਿੱਚੋਂ ਇੱਕ ਸਰੋਵਰ ਹੈ ਕੌਲਸਰ, ਜੋ ਬਾਬਾ ਅਟਲ ਰਾਏ ਜੀ ਦੇ ਅਸਥਾਨ ਦੇ ਕੰਢੇ 'ਤੇ ਬਣਿਆ ਹੋਇਆ। ਇਹ ਸਰੋਵਰ ਮਾਤਾ ਕੌਲਾਂ ਜੀ ਦੇ ਨਾਮ 'ਤੇ ਉਸਾਰਿਆ ਗਿਆ। ਮਾਤਾ ਕੌਲਾਂ ਜੀ ਲਾਹੌਰ ਦੀ ਰਹਿਣ ਵਾਲੀ ਸੀ ਅਤੇ ਸਾਈਂ ਜੀ ਨੇ ਹੀ ਮਾਤਾ ਕੌਲਾਂ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਿਆ ਸੀ, ਕਿਉਂਕਿ ਕੌਲਾਂ ਜੀ ਦਾ ਪਿਤਾ ਉਹ ਬੜੀ ਨਫ਼ਰਤ ਦੇ ਨਾਲ ਭਰਿਆ ਹੋਇਆ ਸੀ ਅਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੇਰੀ ਧੀ ਕੌਲਾਂ ਗੁਰੂ ਘਰ ਦੀ ਸ਼ਰਧਾਲੂ ਹੈ ਅਤੇ ਉਹਨੇ ਮਾਰਨ ਦਾ ਫਤਵਾ ਦੇ ਦਿੱਤਾ। ਉਹ ਖੁਦ ਕਾਜੀ ਸੀ, ਸੋ ਉਹਦੀ ਜਾਨ ਬਚਾਉਣ ਦੇ ਲਈ ਸਾਈਂ ਜੀ ਨੇ ਕੌਲਾਂ ਨੂੰ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਭੇਜ ਦਿੱਤਾ। ਇੱਦਾਂ ਕੌਲਾਂ ਜੀ ਦੀ ਜਾਨ ਵੀ ਬਚ ਗਈ ਅਤੇ ਜੀਵਨ ਵੀ ਸਫਲਾ ਹੋ ਗਿਆ। ਸੋ ਇੱਦਾਂ ਸਾਈਂ ਜੀ ਬੜੇ ਪਾਰੀ ਉਪਕਾਰੀ ਸੁਭਾਅ ਦੇ ਵੀ ਮਾਲਕ ਸੀ। ਜਹਾਂਗੀਰ ਨੇ ਬਿਨਾਂ ਵਜ੍ਹਾ ਹੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਕਿਲ੍ਹੇ ਦੇ ਵਿੱਚ ਕੈਦ ਕਰ ਲਿਆ ਅਤੇ ਕਈ ਮਹੀਨਿਆਂ ਦੇ ਬਾਅਦ ਵੀ ਰਿਹਾਅ ਨਾ ਕੀਤਾ। ਸਾਈਂ ਮੀਆਂ ਮੀਰ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਉਹਨਾਂ ਨੇ ਬੜਾ ਦੁੱਖ ਮਨਾਇਆ। ਆਪ ਚੱਲ ਕੇ ਲਾਹੌਰ ਤੋਂ ਆਗਰੇ ਪਹੁੰਚੇ, ਜਹਾਂਗੀਰ ਨੂੰ ਜਾ ਕੇ ਮਿਲੇ, ਉਹਨੂੰ ਗੁਰੂ ਸਾਹਿਬ ਜੀ ਦੀ ਮਹਿਮਾ ਦੇ ਬਾਰੇ ਦੱਸਿਆ ਅਤੇ ਕਿਹਾ, ਇਹ ਨੂਰੇ ਖੁਦਾ ਨੇ ਅਤੇ ਤੈਨੂੰ ਦੁਨੀਆ ਦੇ ਅੰਨੇ ਨੂੰ ਕੀ ਪਤਾ ਕਿ ਜਦੋਂ ਮੈਂ ਖੁਦਾ ਦੀ ਦਰਗਾਹ ਦੇ ਵਿੱਚ ਜਾਂਦਾ ਹਾਂ ਤਾਂ ਉੱਥੇ ਵੀ ਖੁਦਾ ਦੀ ਜਗ੍ਹਾ 'ਤੇ ਇਹਨਾਂ ਦੇ ਹੀ ਦੀਦਾਰ ਹੁੰਦੇ ਨੇ। ਇਸ ਵੇਲੇ ਜਹਾਂਗੀਰ ਸਖਤ ਬਿਮਾਰ ਸੀ। ਬੇਗਮ ਨੂਰ ਜਹਾਂ ਨੇ ਕਿਹਾ, ਜਹਾਂਗੀਰ ਦੇ ਲਈ ਤੁਸੀਂ ਦੁਆ ਕਰੋ, ਕੋਈ ਰਹਿਮਤ ਵਰਤਾਓ ਕਿ ਜਹਾਂਗੀਰ ਠੀਕ ਹੋ ਜਾਵੇ। ਰੋਹ ਦੇ ਨਾਲ ਭਰੇ ਹੋਏ ਸਾਈਂ ਜੀ ਨੇ ਕਿਹਾ, ਖੁਦਾ ਨੂੰ ਕੈਦ ਕਰਕੇ ਰਹਿਮਤ ਕਿਵੇਂ ਮਿਲ ਜਾਊ? ਤੁਸੀਂ ਤਾਂ ਸ਼ੁਕਰ ਕਰੋ ਕਿ ਅਜੇ ਤੱਕ ਉਹਨਾਂ ਦੇ ਕਹਿਰ ਤੋਂ ਬਚੇ ਹੋਏ ਹੋ। ਇਹਨਾਂ ਦੀ ਤਾਂ ਇੱਕ ਸੈਣਤ ਦੇ ਨਾਲ ਪੂਰੀ ਕਾਇਨਾਤ ਗਰਕ ਜਾਵੇ, ਤੁਸੀਂ ਪਤਾ ਨਹੀਂ ਕਿਵੇਂ ਬਚੇ ਹੋ। ਪਾਤਸ਼ਾਹ ਦੀ ਰਿਹਾਈ ਦੇ ਲਈ ਜਹਾਂਗੀਰ ਦੇ ਕੋਲ ਰਹਿੰਦਿਆਂ ਹੋਇਆਂ ਸਾਈਂ ਜੀ ਨੇ ਪੂਰਾ ਯਤਨ ਕੀਤਾ ਅਤੇ ਜਦੋਂ ਤੱਕ ਸਤਿਗੁਰੂ ਮਹਾਰਾਜ ਰਿਹਾ ਨਹੀਂ ਹੋਏ ਉਦੋਂ ਤੱਕ ਸਾਈਂ ਜੀ ਉੱਥੇ ਹੀ ਰਹੇ। ਸਤਿਗੁਰਾਂ ਦੀ ਰਿਹਾਈ ਦੇ ਬਾਅਦ ਹੀ ਸਾਈਂ ਜੀ ਲਾਹੌਰ ਵਾਪਸ ਆਏ ਸੀ। ਸਾਈਂ ਜੀ ਬੇਪਰਵਾਹ ਵੀ ਬੜੇ ਸੀ। ਲਿਖਿਆ ਮਿਲਦਾ ਹੈ ਕਿ ਇੱਕ ਵਾਰ ਸਾਈਂ ਮੀਆਂ ਮੀਰ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਦਿੱਲੀ ਬੁਲਾਇਆ। ਚਲੇ ਤਾਂ ਗਏ ਪਰ ਕੁਝ ਦਿਨ ਬਾਅਦ ਜਦੋਂ ਵਾਪਸ ਤੁਰਨ ਲੱਗੇ ਤਾਂ ਬਾਦਸ਼ਾਹ ਨੇ ਵਿਦਾਇਗੀ ਦਿੰਦਿਆਂ ਹੋਇਆਂ ਕਿਹਾ, ਸਾਈਂ ਜੀ ਕੁਝ ਮੰਗੋ। ਸਾਈਂ ਜੀ ਬੋਲੇ, ਜੋ ਮੈਂ ਮੰਗਿਆ ਦੇਵੇਂਗਾ। ਜਹਾਂਗੀਰ ਨੇ ਕਿਹਾ, ਬਿਲਕੁਲ ਬੇਸ਼ੱਕ, ਤੁਸੀਂ ਹੁਕਮ ਕਰੋ, ਕੀ ਚਾਹੀਦਾ? ਸਾਈਂ ਜੀ ਨੇ ਕਿਹਾ, ਫਿਰ ਅੱਜ ਤੋਂ ਬਾਅਦ ਮੈਨੂੰ ਬੁਲਾਈ ਨਾ। ਜਹਾਂਗੀਰ ਸੁਣ ਕੇ ਕੱਚਾ ਜਿਹਾ ਹੋ ਗਿਆ। ਇਸ ਤੋਂ ਬਾਅਦ ਕਦੇ ਜਹਾਂਗੀਰ ਨੂੰ ਮਿਲਣ ਦੇ ਲਈ ਉਹਦੇ ਕੋਲ ਨਹੀਂ ਗਏ। ਜਦੋਂ ਲੋੜ ਹੁੰਦੀ ਸੀ ਬਾਦਸ਼ਾਹ ਜਹਾਂਗੀਰ ਖੁਦ ਚੱਲ ਕੇ ਸਾਈਂ ਜੀ ਦੇ ਦਰ 'ਤੇ ਆਉਂਦਾ ਸੀ, ਇਹ ਮਿਲਣ ਦੇ ਲਈ ਨਹੀਂ ਗਏ। ਇੰਨੇ ਬੇਪਰਵਾਹ ਫਕੀਰ ਸੀ ਉਹ। ਇੱਦਾਂ ਹੀ ਇੱਕ ਥਾਂ 'ਤੇ ਹੋਰ ਲਿਖਿਆ ਮਿਲਦਾ ਕਿ ਜਹਾਂਗੀਰ ਨੇ ਕਿਧਰੇ ਚੜ੍ਹਾਈ ਕਰਨੀ ਸੀ ਅਤੇ ਉਹਨੇ ਸਾਈਂ ਜੀ ਦੇ ਦਰ ਆ ਕੇ ਦੁਆ ਕਰਨ ਦਾ ਫੈਸਲਾ ਕੀਤਾ ਕਿ ਮੇਰੀ ਫਤਿਹ ਜਾਬੀ ਹੋਵੇ। ਸਾਈਂ ਜੀ ਨੂੰ ਮਿਲਣ ਦੇ ਲਈ ਉਹਨਾਂ ਦੇ ਦਰ 'ਤੇ ਆਇਆ। ਉਹਦੇ ਆਉਣ ਦਾ ਸਾਈਂ ਜੀ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਅਤੇ ਉਹਨਾਂ ਨੇ ਆਪਣੇ ਦਰਵਾਜ਼ੇ 'ਤੇ ਜਾਣ ਕੇ ਇੱਕ ਪਹਿਰੇਦਾਰ ਖੜ੍ਹਾ ਕਰ ਦਿੱਤਾ।
ਅਤੇ ਨਾਲ ਉਹਨੂੰ ਹੁਕਮ ਕੀਤਾ ਕਿ ਚਾਹੇ ਕੋਈ ਵੀ ਆਵੇ ਉਹਨੂੰ ਅੰਦਰ ਨਹੀਂ ਆਉਣ ਦੇਣਾ ਬਿਨਾਂ ਆਗਿਆ ਤੋਂ। ਜਹਾਂਗੀਰ ਆਇਆ ਅਤੇ ਪਹਿਰੇਦਾਰ ਨੇ ਰੋਕ ਲਿਆ, ਬੜਾ ਕਿਹਾ ਪਰ ਪਹਿਰੇਦਾਰ ਨੇ ਅੰਦਰ ਨਾ ਜਾਣ ਦਿੱਤਾ। ਫਿਰ ਅਖੀਰ ਸਾਈਂ ਜੀ ਦੀ ਆਗਿਆ ਲੈ ਕੇ ਜਹਾਂਗੀਰ ਨੂੰ ਅੰਦਰ ਜਾਣ ਦਿੱਤਾ। ਅੰਦਰ ਜਾਂਦਿਆਂ ਜਹਾਂਗੀਰ ਨੇ ਤਨਜ ਭਰੇ ਲਹਿਜੇ ਦੇ ਵਿੱਚ ਪੁੱਛਿਆ, ਬਾ ਦਰਵੇਸ਼ ਦਰਬਾਨੋ ਨਾ ਬਾਇਦ, ਮਤਲਬ ਦਰਵੇਸ਼ਾਂ ਦੇ ਦਰ 'ਤੇ ਵੀ ਦਰਬਾਨ ਕਿਉਂ, ਪਹਿਰੇਦਾਰੀ ਕਿਉਂ, ਪਹਿਰੇਦਾਰ ਕਿਉਂ ਰੱਖਿਆ ਹੈ ਤੁਸੀਂ? ਸਾਈਂ ਜੀ ਨੇ ਅੱਗੋਂ ਜਵਾਬ ਦਿੱਤਾ, ਬਾ ਬਾਇਦ ਕਿ ਸਗੇ ਦੁਨੀਆ ਨਾ ਆਇਦ, ਮਤਲਬ ਪਹਿਰੇਦਾਰ ਤਾਂ ਲਾਏ ਨੇ ਕਿ ਦੁਨਿਆਵੀ ਲਾਲਚ ਦੇ ਮਾਰੇ ਹੋਏ ਕੁੱਤੇ ਅੰਦਰ ਨਾ ਆ ਸਕਣ। ਸੁਣ ਕੇ ਜਹਾਂਗੀਰ ਬੜਾ ਸ਼ਰਮਿੰਦਾ ਹੋਇਆ ਅਤੇ ਉਸ ਦੀ ਹਿੰਮਤ ਨਾ ਪਈ ਕਿ ਜਹਾਂਗੀਰ ਸਾਈਂ ਜੀ ਦੇ ਅੱਗੇ ਕੁਝ ਬੋਲ ਸਕੇ, ਉਹਨਾਂ ਨੂੰ ਕੋਈ ਜਵਾਬ ਦੇ ਸਕੇ। ਸੋ ਐਂ ਬੜੇ ਬੇਪਰਵਾਹ ਅਤੇ ਫੱਕਰ ਸੁਭਾਅ ਦੇ ਬੰਦੇ ਸੀ ਸਾਈਂ ਜੀ ਹੋਣੀ। ਮਤਲਬ ਸਾਈਂ ਜੀ ਦਾ ਜੀਵਨ ਗੁਰੂ ਬਾਬੇ ਦੇ ਇਹਨਾਂ ਬਚਨਾਂ 'ਤੇ ਪੂਰਾ ਉਤਰਦਾ ਸੀ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾਹ, ਇੱਕ ਸੱਚੇ ਖੁਦਾ ਤੋਂ ਬਗੈਰ ਉਹ ਕਿਸੇ ਦੀ ਕਾਣ ਨਹੀਂ ਸੀ ਮੰਨਦੇ। ਪਰ ਰੱਬੀ ਰਾਹ 'ਤੇ ਰਸਤੇ 'ਤੇ ਤੁਰਨ ਵਾਲੇ ਸਾਰਿਆਂ ਦਾ ਬੜਾ ਸਤਿਕਾਰ ਸੀ ਉਹਨਾਂ ਦੇ ਦਿਲ ਦੇ ਵਿੱਚ। ਇਸ ਪੱਖੋਂ ਸਾਈਂ ਜੀ ਬੜੇ ਮਿਲਣਸਾਰ ਅਤੇ ਖੁਸ਼ ਦਿਲ ਪੁਰਸ਼ ਸੀ। ਧਰਮ ਅਤੇ ਜਾਤ ਦਾ ਉਹਨਾਂ ਨੇ ਕਦੇ ਕੋਈ ਫਰਕ ਨਹੀਂ ਕੀਤਾ। ਹਰੇਕ ਮਤ ਦਾ ਵਿਦਵਾਨ, ਸਾਧ ਸੰਤ, ਫਕੀਰ, ਜੋਗੀ ਉਹਨਾਂ ਨੂੰ ਅਕਸਰ ਮਿਲਦਾ ਰਹਿੰਦਾ ਸੀ ਅਤੇ ਜਿਸ ਤੋਂ ਵੀ ਕੁਝ ਨਵਾਂ ਅਤੇ ਵਧੀਆ ਸਿੱਖਣ ਨੂੰ ਮਿਲਦਾ ਸਾਈਂ ਜੀ ਸਿੱਖ ਲੈਂਦੇ ਸੀ। ਸਾਈਂ ਜੀ ਯੋਗਾ ਅਭਿਆਸ ਦੇ ਵੀ ਬੜੇ ਮਾਹਰ ਸੀ, ਖਾਸ ਕਰਕੇ ਪੁਰਾਣਾ ਜਾਮ ਦਾ ਜ਼ਿਕਰ ਮਹਾਨ ਕੋਸ਼ ਨੇ ਵੀ ਕੀਤਾ ਹੈ। ਅਖੀਰਲੇ ਸਮੇਂ ਦੇ ਵਿੱਚ ਸਾਈਂ ਜੀ ਤਕਰੀਬਨ 5 ਦਿਨ ਵਾਹਵਾ ਬਿਮਾਰ ਰਹੇ। ਵਜ਼ੀਰ ਖਾਂ, ਜੋ ਖੁਦ ਚੰਗਾ ਹਕੀਮ ਸੀ, ਉਹਨੇ ਬੜੇ ਯਤਨ ਕੀਤੇ ਸਾਈਂ ਜੀ ਦਾ ਇਲਾਜ ਕਰਦਿਆਂ, ਪਰ ਹਕੀਮ ਦੇ ਵੱਲ ਵੇਖ ਕੇ ਸਾਈਂ ਜੀ ਨੇ ਕਿਹਾ, ਹੁਣ ਤੇਰੇ ਵੱਸ ਦੀ ਗੱਲ ਨਹੀਂ, ਹੁਣ ਤੇ ਵੱਡਾ ਹਕੀਮ ਹੀ ਠੀਕ ਕਰੋ, ਤੁਸੀਂ ਰਹਿਣ ਦਿਓ। ਸੋ ਇੱਦਾਂ 11 ਅਗਸਤ 1635 ਨੂੰ ਇਹ ਮਹਾਨ ਦਰਵੇਸ਼, ਖੁਦਾ ਪ੍ਰਸਤ, ਮਹਾਨ ਮਹਾਂਪੁਰਖ ਸਾਈਂ ਮੀਆਂ ਮੀਰ ਜੀ 85 ਸਾਲ ਦੀ ਉਮਰੇ ਸਰੀਰਕ ਤੌਰ 'ਤੇ ਸੰਸਾਰ ਤੋਂ ਰੁਖਸਤ ਹੋ ਗਏ। ਲਾਹੌਰ ਦੇ ਨੇੜੇ ਹੀ ਹਾਸ਼ਮਪੁਰੇ ਸਾਈਂ ਜੀ ਦੇ ਸਰੀਰ ਨੂੰ ਦਫਨ ਕੀਤਾ ਗਿਆ। ਬੇਗਮ ਨੂਰ ਜਹਾਂ ਦੇ ਦਿਲ ਦੇ ਵਿੱਚ ਸਾਈਂ ਜੀ ਦੇ ਲਈ ਸਦਾ ਤੋਂ ਬੜਾ ਸਤਿਕਾਰ ਸੀ। ਨੂਰ ਜਹਾਂ ਨੇ ਸਾਈਂ ਜੀ ਦਾ ਸੋਹਣਾ ਮਕਬਰਾ ਬਣਵਾਇਆ। ਬਾਅਦ 'ਚ ਸ਼ਹਿਜ਼ਾਦਾ ਦਾਰਾ ਸ਼ਿਕੋਹ ਨੇ ਬੜਾ ਕੀਮਤੀ ਲਾਲ ਪੱਥਰ ਮਕਬਰੇ 'ਤੇ ਲਗਾਉਣ ਦੇ ਲਈ ਮੰਗਵਾਇਆ ਸੀ, ਪਰ ਇਹ ਕੰਮ ਤੋਂ ਪਹਿਲਾਂ ਹੀ ਔਰੰਗਜ਼ੇਬ ਨੇ ਦਾਰੇ ਨੂੰ ਕਤਲ ਕਰਵਾ ਦਿੱਤਾ ਅਤੇ ਰਾਜ ਭਾਗ ਖੁਦ ਸੰਭਾਲ ਲਿਆ ਅਤੇ ਉਹ ਸਾਰਾ ਲਾਲ ਪੱਥਰ ਜੋ ਸਾਈਂ ਜੀ ਦੇ ਮਕਬਰੇ 'ਤੇ ਲੱਗਣਾ ਸੀ ਔਰੰਗਜ਼ੇਬ ਨੇ ਚੁੱਕ ਕੇ ਸ਼ਾਹੀ ਮਸੀਤ ਨੂੰ ਲਵਾ ਦਿੱਤਾ। ਸਮਾਂ ਲੰਘਿਆ ਅਤੇ ਇਹ ਮਕਬਰਾ ਬੜਾ ਖਸਤਾ ਹੋ ਗਿਆ। ਜਦੋਂ ਖਾਲਸੇ ਦਾ ਰਾਜ ਆਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਾਈਂ ਜੀ ਦੇ ਮਕਬਰੇ ਦੀ ਖਸਤਾ ਹਾਲਤ ਦੇ ਬਾਰੇ ਪਤਾ ਲੱਗਾ ਤਾਂ ਸ਼ੇਰੇ ਪੰਜਾਬ ਖੁਦ ਜਾ ਕੇ ਮਕਬਰੇ ਨੂੰ ਵੇਖਿਆ ਅਤੇ ਉਸੇ ਵੇਲੇ ਉਹਨਾਂ ਨੇ ਵੇਖ ਕੇ ਫਕੀਰ ਨੂਰੁਦੀਨ ਦੀ ਡਿਊਟੀ ਲਗਾਈ ਕਿ ਤੁਸੀਂ ਮਕਬਰਾ ਸ਼ਾਨਦਾਰ ਬਣਵਾਓ ਅਤੇ ਜੋ ਵੀ ਖਰਚੇ ਆਵੇ ਉਹ ਸ਼ਾਹੀ ਖਜ਼ਾਨੇ ਦੇ ਵਿੱਚੋਂ ਲਿਆ ਜਾਵੇ। ਪਰ ਇਸ ਮਹਾਨ ਮਹਾਂਪੁਰਖ ਦੇ ਇਸ ਅਸਥਾਨ ਦੀ ਸੇਵਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਅਖੀਰ 'ਤੇ ਇਹੀ ਕਹਾਂਗੇ ਕਿ ਬਾਬਾ ਫਰੀਦ ਜੀ ਦੇ ਬੋਲਾਂ ਵਾਂਗ ਸਾਈਂ ਮੀਆਂ ਮੀਰ ਜੀ ਦਾ ਬੜਾ ਦਰਵੇਸ਼ੀ ਭਰਿਆ ਜੀਵਨ ਸੀ। ਆਹ ਸ਼ਬਦ ਪੂਰੇ ਧਿਆਨ ਦੇ ਨਾਲ ਸੁਣੋ ਬਾਬਾ ਫਰੀਦ ਜੀ ਦਾ, ਇਹਦੇ ਵਿੱਚੋਂ ਸਾਈਂ ਮੀਆਂ ਮੀਰ ਜੀ ਦੇ ਜੀਵਨ ਦੀ ਝਲਕ ਮਿਲਦੀ ਆ। ਦਿਲੋਂ ਮੁਹੱਬਤ ਜਿਨ ਸੇਈ ਸੱਚੇ ਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਪੋਏ ਭਾਰ ਥੀਏ ਰਹਾਉ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ। ਇਸ ਤਰ੍ਹਾਂ ਸੰਸਾਰ ਦੇ ਵਿੱਚ ਆ ਕੇ ਆਪਣਾ ਸਫਲਾ ਕਰਨ ਵਾਲੇ ਮਹਾਨ ਪਰਉਪਕਾਰੀ ਗੁਰੂ ਚਰਨਾਂ ਦੇ ਭੌਰੇ ਮਹਾਨ ਸੂਫੀ ਸੰਤ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ ਚਰਨਾਂ 'ਤੇ ਵਾਰ ਵਾਰ ਨਮਸਕਾਰ ਸਜਦੇ,
ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਇਦਾਂ ਦੀਆਂ ਹੋਰ ਵੀਡੀਓ ਸੁਣਨ ਦੇ ਲਈ ਸਾਡੇ ਚੈਨਲ ਤਾਕੀ ਸੋਭਾ ਦੇ ਨਾਲ ਜੁੜੇ ਰਹੋ। ਧੰਨਵਾਦ।